ਹਾਂਜੀ ਦੋਸਤੋ, ਸਵਾਗਤ ਕਰਦੇ ਹਾਂ ਅੱਜ ਫਿਰ ਤੁਹਾਡਾ ਨਵੇਂ ਬਲੌਗ ਦੇ ਵਿੱਚ। ਅਤੇ ਇਸ ਵਾਰ ਫਿਰ ਤੁਹਾਨੂੰ ਪਤਾ ਹੈਗਾ ਵੀ ਆਪਣਾ ਟਾਈ ਅਪ ਜਿਹੜੇ ਭਰਾ ਨਾਲ ਹੈਗਾ ਬੁਲਟ ਕਿੰਗ ਬਰਨਾਲਾ, ਤੁਹਾਡੇ ਲਈ ਦੋ ਤੋਹਫੇ ਲੈ ਕੇ ਆਏ ਨੇਗੇ। ਤੋਹਫਿਆਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਆਪਣੇ ਭਰਾ ਨੂੰ ਸੱਦ ਲੈਂਦੇ ਹਾਂ ਕੈਮਰੇ ਦੇ ਵਿੱਚ, ਅਤੇ ਮੈਂ ਬੁਲਾਉਣਾ ਚਾਹੂੰ ਆਪਣੇ ਭਰਾ ਹਰਦੀਪ ਨੂੰ। ਆ ਜਾ ਮੇਰਾ ਵੀਰ ਹਰਦੀਪ, ਬੁਲਟ ਕਿੰਗ ਬਰਨਾਲਾ ਬਰਨਾਲੇ ਦੇ ਖਾਸ ਮੈਂਬਰ ਵੀਰੇ, ਠੀਕ ਹੈ ਜੀ। ਅਤੇ ਚਲੋ ਭਰਾਵਾਂ, ਤੁਸੀਂ ਬਹੁਤ ਪਿਆਰ ਦੇ ਰਹੇ ਹੋਗੇ, ਇਸ ਕਰਕੇ ਪਹਿਲਾਂ ਤੁਹਾਡਾ ਅਸੀਂ ਸ਼ੁਕਰੀਆ ਕਰਦੇ ਹਾਂਗੇ। ਇੱਦਾਂ ਹੀ ਪਿਆਰ ਬਣਾ ਕੇ ਰੱਖਿਓ। ਤੁਹਾਡੇ ਲਈ ਭਰਾ ਪੁੱਠਿਆਂ ਤੋਂ ਲੈ ਕੇ ਸਿੱਧੇ ਗੇਅਰ ਵਾਲੇ ਬੁਲਟ ਲੈ ਕੇ ਆਉਂਦੇ ਨੇ ਅਤੇ ਲੈ ਕੇ ਆਉਂਦੇ ਰਹਿਣਗੇ, ਠੀਕ ਆ ਜੀ। ਅਤੇ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ, ਜਿਹਦੇ ਆ ਦੋ ਸ਼ੀਸ਼ੇ ਲੱਗੇ ਹੋਏ ਨੇਗੇ, ਇਹ ਕਿਹੜਾ ਮਾਡਲ ਆ? ਇਹ 2020 ਮਾਡਲ ਆ ਜੀ, 2020 ਨਾਭੇ ਦਾ ਨੰਬਰ ਆ। ਹਾਂਜੀ, ਠੀਕ ਆ ਜੀ। ਚੱਲਿਆ ਓਰੀਜਨਲ ਹੀ ਆ ਵੀਰੇ? ਚੱਲਿਆ ਇਹ 7500 ਚੱਲਿਆ ਬਾਈ, 7800 ਬਿਲਕੁਲ ਓਰੀਜਨਲ ਚੱਲਿਆ, ਲਾਏ ਲੱਗੇ ਨੇਗੇ, ਠੀਕ ਆ। ਤੇ ਦੋਵੇਂ ਸ਼ੀਸ਼ੇ, ਦੋਵੇਂ ਚਾਬੀਆਂ, ਕੁੰਡਾ ਲੱਗੇ ਹੋਏ ਨੇ। ਕੰਡੀਸ਼ਨ ਬੇ ਬਾਈਆਂ ਨੂੰ ਚੈੱਕ ਕਰਵਾ ਦਿਓ, ਕਿਹੜੀ ਚੈੱਕ ਕਰਾ ਦੇ ਇੱਕ ਵਾਰ। ਲਾਏ ਲੋਏ ਲੱਗੇ ਨੇ ਜਿੱਦਾਂ ਭਰਾ ਨੇ ਦੱਸਿਆ ਹੈਗਾ, 7800 ਚੱਲਿਆ ਹੈਗਾ ਸਾਰਾ, ਠੀਕ ਆ ਜੀ। ਅਤੇ ਸਾਫ਼ ਸੁਥਰਾ ਬੁਲਟ, ਸ਼ੀਸ਼ਿਆਂ ਤੋਂ ਵੀ ਪੰਨੀ ਨਹੀਂ ਹਜੇ ਤੱਕ ਉਤਰੀ ਹੈਗੀ, ਤੁਹਾਨੂੰ ਪਤਾ ਇੰਨਾ ਕੁ ਚੱਲਿਆ ਹੁੰਦਾ ਕੀ ਹੁੰਦਾ ਹੈਗਾ ਜੀ। ਅਤੇ ਇਹਦੀ ਡਿਟੇਲ ਵਾਸਤੇ ਜਿਹੜਾ ਬਾਈ ਦਾ ਉੱਪਰ ਨੰਬਰ ਆ ਰਿਹਾ ਹੈਗਾ, ਉਸ ਨੰਬਰ 'ਤੇ ਕਾਲ ਕਰਿਓ। ਕਾਲ ਕਰਨ ਦਾ ਸਮਾਂ ਤੁਹਾਨੂੰ ਪਤਾ ਹੀ ਹੈ, 9 ਤੋਂ 6 ਵਜੇ ਤੱਕ, ਠੀਕ ਆ ਜੀ। ਅਤੇ ਪੰਜਾਬ ਇਹਦੇ ਬਾਈ ਇੰਨੇ ਦੇ ਸਟਿੱਕਰ ਵੀ ਲੱਗੇ ਹੋਏ ਨੇ, ਚੈੱਕ ਕਰਾ ਦਿਓ ਨੇੜੇ ਜੂਨ। ਆ ਜਾ ਵੀਰੇ, ਨੇੜੇ ਹੋ ਕੇ ਚੈੱਕ ਕਰਾਈਓ ਜੀ, ਆਹ ਸਟਿੱਕਰ ਮੀਟਰ ਚੈੱਕ ਕਰਾ ਦਿਓ ਮਾੜਾ ਜਿਹਾ। ਆਹ ਸਟਿੱਕਰ ਲੱਗੇ ਹੋਏ ਨੇਗੇ, ਮੀਟਰ ਦੀ ਰੀਡਿੰਗ ਤੁਹਾਨੂੰ ਦਿਖਾ ਦਿੰਦੇ ਹਾਂ, 7800 ਰੀਡਿੰਗ ਆ ਜੀ। ਇਹ ਮੇਨ ਗੱਲ ਆ ਵੀ ਕਾਰਬੇਟਰ ਆ ਜੀ, ਇਹ ਕਾਰਬੇਟਰ, ਉਹ ਦੇਖੋ ਬਾਈ, ਉਹ ਕਾਰਬੇਟਰ ਲੱਗਿਆ ਨਹੀਂ। 19 ਮਾਡਲ ਤਾਂ 20 ਮਾਡਲ ਸੈਂਸਰ ਵਾਲੇ ਮਿਲਦੇ ਨੇ ਜ਼ਿਆਦਾਤਰ, ਇਹ ਤਾਂ ਬਹੁਤ ਘੱਟ ਮਿਲਦੇ ਹੋਣਗੇ, ਬਹੁਤ ਘੱਟ ਮਿਲਦੇ ਇਹ। ਹਾਂ, ਇਹ ਬਹੁਤ ਘੱਟ ਮਿਲਦੇ ਹੋਣਗੇ। ਤੇ ਦੂਸਰੇ ਬੁਲਟ ਤੇ ਆ ਜਾਂਦੇ ਆਪਾਂ ਨਾਲੋ ਨਾਲ। ਤੇ ਵੀਰੇ ਆਹ ਬੁਲਟ ਦੀ ਡਿਟੇਲ ਦੇ ਦਿਓ। ਇਹ 2023 ਮਾਡਲ ਆ ਜੀ, ਠੀਕ ਆ ਜੀ। ਨੰਬਰ BIP ਦੇ ਵਿੱਚ ਆ, 6200 ਆ, ਸਰਕਾਰੀ ਨੰਬਰ ਪਲੇਟਾਂ ਲੱਗੀਆਂ ਮੈਨੇ, ਪਹਿਲੇ ਨਾਮ ਆ, ਉਹ ਵੀ ਪਹਿਲੇ ਨਾਮ ਆ, ਇਹ ਵੀ ਪਹਿਲੇ ਨਾਮ ਆ, ਚੱਲਿਆ ਇਹ ਵੀ ਘੱਟ ਤੇ ਚੱਲਿਆ ਇਹ, ਮੰਨ ਕੇ ਚੱਲੋ 8500 ਕਿਲੋਮੀਟਰ ਬਿਲਕੁਲ ਓਰੀਜਨਲ ਚੱਲਿਆ ਪਿਆ। ਮਰਸਡੀਜ਼ ਲਾਏ ਲੱਗੇ ਨੇ, ਲਾਏ ਚੈੱਕ ਕਰ ਰਿਹਾ। ਹਾਂ, ਸਾਰਾ ਮੋਟਰਸਾਈਕਲ ਲੋਕਾਂ ਨੰਬਰ ਲਾਏ ਵੀਲ, ਸਰਕਾਰੀ ਨੰਬਰ ਪਲੇਟਾਂ, ਪਹਿਲੇ ਨਾਮ, ਬਿਲਕੁਲ ਗੁੱਡ ਕੰਡੀਸ਼ਨ ਆ, ਬਿਲਕੁਲ ਸਾਫ਼। ਮਗਰੋਂ ਇੱਕ ਵਾਰ ਐਵੇਂ ਵੀਰੇ ਚੈੱਕ ਕਰਾ ਦਿਓ ਸਾਰਾ। ਆ ਜਾਓ ਜੀ, ਵਾਕ ਅਰਾਊਂਡ ਦੇ ਦਿਓ ਬਾਈਆਂ ਨੂੰ ਸਾਰਾ। ਸਾਫ਼ ਸੁਥਰੇ ਬੁਲਟ ਆ, ਕਿਤੇ ਕੋਈ ਕੰਮ ਖਰਚਾ ਨਹੀਂ ਹੈਗਾ। ਮੀਟਰ ਦੀ ਰੀਡਿੰਗ ਤੁਹਾਨੂੰ ਬਾਈ ਚੈੱਕ ਕਰਵਾ ਰਿਹਾ ਹੈਗਾ। ਹੁਣ ਤੁਹਾਡੇ ਕੋਲ ਆਪਸ਼ਨਾਂ ਨੇ ਜਿਹੜੀਆਂ, ਇਹ 'ਚ ਵੱਧ ਜਾਂਦੀਆਂ ਨੇ। ਇਹ ਲੋਨ ਕਰਾਉਣਾ, ਲੋਨ ਵੀ ਹੋ ਜਾਂਦਾ 'ਚ, ਅੱਧੇ ਪੈਸੇ ਭਰ ਕੇ, ਬਾਕੀ ਲੋਨ 60-70 ਕਿਲੋਮੀਟਰ ਦੀ ਰੀਜ। ਤੇ ਮੰਨ ਕੇ ਚੱਲੋ ਮੇਰੇ ਭਰਾ ਜੀ, ਲੋਨ ਕਰਾਉਣਾ ਗਾ 40-50 ਪੈਸੇ ਬਸ, ਆ 50-70 ਹਜ਼ਾਰ ਭਰ ਕੇ ਵੀਰੇ ਤੁਹਾਨੂੰ ਲੋਨ ਵੀ ਹੋ ਜਾਊਗਾ, ਬੰਦੇ ਵਧੀਆ ਹੋਣ। ਤੇ ਜਿਹੜੇ ਸਾਡੇ ਭਰਾ ਦੂਰੋਂ ਆਉਣਗੇ, ਜਿਵੇਂ ਤੁਹਾਨੂੰ ਦੱਸਿਆ ਹੋਇਆ 100 ਕਿਲੋਮੀਟਰ ਤੋਂ ਵੱਧ ਆਪਣਾ ਭਰਾ ਆਉਂਦਾ ਗਾ, ਤੇ ਤੁਹਾਨੂੰ ਪਤਾ ਬਾਈ ਨੇ ਪਿਛਲੀ ਵੀਡੀਓ 'ਚ ਆਫਰ ਦਿੱਤਾ ਸੀਗਾ, ਟੈਂਕੀ ਫੁੱਲ ਵਾਲਾ, ਟੈਂਕੀ ਫੁੱਲ ਮਿਲੂ। ਤੇ ਜਿਹੜਾ ਭਰਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਊਗਾ, ਉਹਦੇ ਲਈ ਲੈਸ ਆ, ਉਹਦੇ ਲਈ ਲੈਸ ਆ, ਨਾਲ ਅਸੀਂ ਗਿਫਟ ਵੀ ਦੇ ਸਕਦੇ ਹਾਂ ਕਿ? ਹਾਂ ਦੇ ਸਕਦੇ, ਸਾਡੀ ਮਰਜ਼ੀ, ਅਸੀਂ ਗਿਫਟ ਵੀ ਦੇ ਸਕਦੇ ਹਾਂ ਬਾਈਆਂ ਨੂੰ, ਬਿਲਕੁਲ ਸਾਬਾ ਸੀ ਵੀ ਦੇ ਸਕਦੇ। ਤੇ ਇੱਕ ਮਿੰਟ ਸਾਇਲੈਂਟ ਲਾ ਦਈਏ, ਵਿੱਚ ਫੋਨ ਵੀ ਵੱਜਣ ਲੱਗ ਜਾਂਦੇ ਨੇ। ਤੇ ਦੂਜੀ ਗੱਲ ਜੀ, ਇੱਕ ਤੁਹਾਨੂੰ ਗੱਲ ਹੋਰ ਦੱਸ ਦਿੰਦੇ ਹਾਂ ਕਿ ਸਾਡੇ ਭਰਾ ਜਿਹੜੇ ਯਾਰ ਬਾਈ ਬਣੇ ਨਾ, ਕਈ ਵਾਰ ਹੁਣ ਗੁੱਸਾ ਨਾ ਕਰਿਓ, ਵੈਸੇ ਦੱਸ ਰਹੇ ਹਾਂ, ਬਾਈ ਬਣੇ ਜਿਹੜੇ ਯਾਰ ਸਾਨੂੰ ਫੋਨ ਕਰਦੇ ਨੇ ਨਾ, ਜਿਹੜੇ ਭਰਾ ਬਣੇ ਮੰਨ ਕੇ ਚਲੋ ਬੁਲਟ ਨਹੀਂ ਲੈਣਾ ਹੁੰਦਾ, ਉਹ ਬਾਈ ਸਵਾਦ ਬਹੁਤ ਲੈਂਦੇ, ਕਮੈਂਟ ਵੀ ਥੱਲੇ ਬਹੁਤ ਕਰਦੇ, ਮੈਂ ਕਮੈਂਟ ਡਿਲੀਟ ਕਰ ਦਿੰਦਾ ਉਹਨੂੰ ਕਈ ਵਾਰ। ਤੇ ਭਰਾ ਕਈ ਕਮੈਂਟ ਤਾਂ ਇਹੋ ਜਿਹੇ ਕਰਦੇ ਆ, ਹੁਣ ਕਿਸੇ ਨੇ ਕਮੈਂਟ ਕਰਿਆ ਸੀ, ਚਲੋ ਮੈਂ ਬੋਲਣਾ ਨਹੀਂ ਚਾਹੁੰਦਾ ਹੈਗਾ, ਆਪਣੇ ਭਰਾ ਨੇ ਕਮੈਂਟ ਕਰਿਆ ਸੀਗਾ ਵੀ ਕਹਿੰਦਾ ਬਾਈ ਜਦੋਂ ਬੁਲਟ ਦੀ ਪਾਸਿੰਗ ਹੀ ਨਹੀਂ ਹੈਗੀ, ਕਹਿੰਦਾ ਮੈਂ ਵੀ ਆਪਾਂ ਕੀ ਕਰਾਉਣਾ, ਦੀ ਪਾਸਿੰਗ ਤਾਂ ਲੰਘੀ ਹੋਈ ਬਾਈ, ਜਦੋਂ ਤੈਨੂੰ ਨਹੀਂ ਲੋੜ ਹੈਗੀ ਫਿਰ ਤੂੰ ਕਮੈਂਟ ਕਿਉਂ ਕਰੀ ਜਾਂਦਾ ਗਾ। ਮੈਂ ਤਾਂ ਕਮੈਂਟ ਡਿਲੀਟ ਕਰਿਆ। ਦੇਖੋ ਯਾਰ ਪਤਾ ਕੀ ਆ, ਆਪਾਂ ਉਹਨੇ ਪੰਜਾਬੀ ਯਾਰ ਐਵੇਂ ਫਾਲਤੂ ਕਮੈਂਟ ਕਰਨ ਦਾ ਕੀ ਫਾਇਦਾ, ਜੋ ਲੈਣਾ ਨਹੀਂ ਕਰਨਾ ਨਹੀਂ, ਖਤਮ। ਜਿਹਨੂੰ ਲੋੜ ਹੋਊ ਨਾ ਉਹਨੂੰ, ਜੇ ਪਾਸਿੰਗ ਆਪੇ ਲੈਂਦੇ, ਸਾਡੇ ਤਾਂ ਵਿਕਦੇ ਆ, ਬਿਨਾਂ ਪਾਸ ਸਭ ਵਿਕਦੇ ਵੀਰੇ ਯਾਰ, ਹੁਣ ਗੱਡੀਆਂ ਮਰੂਤੀਆਂ ਜਨਰਲ ਤੋਂ 5-6 ਮਾਡਲ ਵਿਕਦੇ ਨਹੀਂ, ਵਿਕਦੇ ਨੇ ਪਾਸਿੰਗ ਵਾਲੇ ਯਾਰ ਦੇ, ਤੁਹਾਨੂੰ ਪਾਸਿੰਗ ਵਾਲਾ ਲੈਣਾ ਤਾਂ ਤੁਸੀਂ, ਰੇਟ ਵੀ ਵੱਧਦਾ ਵੀਰੇ ਪਾਸਿੰਗ ਵਾਲੇ ਦਾ, ਰੇਟ ਵੱਧਦਾ, ਆਪਾਂ ਤੁਹਾਡੇ ਲਈ ਤਾਂ ਸਸਤੇ ਲੈ ਆਉਂਦੇ ਵੀ ਜਿਹਦੀ ਪਾਸਿੰਗ ਨਹੀਂ ਹੈਗੀ, ਚੱਲ ਆਪਣਾ ਸ਼ੌਂਕ ਪੂਰਾ ਹੋ ਜਾਂਦਾ ਬਾਈ ਯਾਰ।
ਹੁਣ ਐ ਤਾਂ ਲੋਕੀ ਪੁਰਾਣੀਆਂ ਫੋਰਚੂਨਰ ਆ ਕੋਈ ਥਾਰਾਂ ਪੁਰਾਣੀਆਂ ਉਹ ਲੈ ਲੈਂਦੇ ਨੇ ਵੀ ਜਿਹੜਾ ਦੀ ਪਾਸਿੰਗ ਵਗੈਰਾ ਨਹੀਂ ਜਾਂ ਪਾਸਿੰਗ ਮੁੱਕਣ ਵਾਲੀ ਜਾਮੇ ਦੀ ਕਿਹੜੀ ਦੀ ਪਾਸਿੰਗ ਹੁੰਦੀ ਆ ਜਾਮਾ ਦੇਖੋ ਤੁਸੀਂ ਜਾਮੇ ਦੀ ਡਿਮਾਂਡ ਇੰਨੀ ਜ਼ਿਆਦਾ ਕਰਦੇ ਹੋ ਭਰਾ ਸਾਡੇ ਕੋਲ ਜਾਮੇ ਵੀ ਹੁੰਦੇ ਨੇ ਹਾਂ ਜਾਮੇ ਅਸੀਂ ਤਿਆਰ ਕਰਕੇ ਵੇਚਦੇ ਹਾਂ 80-85 ਇਹ ਜਿਹੜੇ ਵੀਰੇ ਦੋ ਚਾਰ ਪਾਸਿੰਗ ਹੁੰਦੀ ਆ ਜਿਹੜੇ ਦੋ ਚਾਰ ਬੰਦੇ ਹੁੰਦੇ ਨੇ ਨਾ ਇਹ ਜਿਹੜੇ ਕਮੈਂਟ ਕਰਦੇ ਆ ਇਹਨਾਂ ਯਾਰ ਸਾਡੇ ਇਹਨਾਂ ਲੈਣਾ ਨਹੀਂ ਹੁੰਦਾ ਲੈਣਾ ਕੁਛ ਨਹੀਂ ਹੁੰਦਾ ਮੂਡ ਖਰਾਬ ਕਰ ਦਿੰਦੇ ਆ ਬਾਈ ਯਾਰ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੁਹਾਡੇ ਨਾਲ ਸਾਨੂੰ ਇੰਨਾ ਮਾਣ ਆ ਵੀ ਸਾਡੇ ਭਰਾ ਜਿਹੜੇ ਆ ਰਹੇ ਨੇ ਇੰਨਾ ਪਿਆਰ ਦੇ ਨੇ ਇਹ ਦੋ ਚਾਰ ਹੀ ਹੁੰਦੇ ਨੇ 100 ਦੇ ਵਿੱਚੋਂ ਦੋ ਚਾਰ ਬੰਦੇ ਇਹੋ ਜਿਹੇ ਹੁੰਦੇ ਨੇ ਕਿ ਉਹਨਾਂ ਨੇ ਕਰਨਾ ਕੱਖ ਨਹੀਂ ਹੁੰਦਾ ਕਮੈਂਟ 'ਚ ਹਰੇਕ ਦੇ ਵੀਡੀਓ ਕਰੀ ਬਾਈ ਬਣੇ ਸਾਡੇ ਵਾਲੇ 'ਚ ਨਾ ਕਰੋ ਯਾਰ ਸਾਡਾ ਠੀਕ ਹੈ ਸਾਫ਼ ਸੁਥਰਾ ਜਿਹਾ ਕੰਮ ਆ ਅਸੀਂ ਬੁਲਟ ਦਿਖਾਉਣੇ ਹੁੰਦੇ ਆ ਭਰਾਵਾਂ ਨੇ ਆਉਣਾ ਹੁੰਦਾ ਖਰੀਦ ਸੇਲ ਪਰਚੇਜ ਕਰਨੀ ਹੁੰਦੀ ਆ ਤੇ ਭਰਾਵਾਂ ਨੇ ਜਿਹਨੇ ਬੁਲਟ ਵਿੱਚ ਖਰੀਦ ਕੇ ਵੀਰੇ ਕੁਝ ਵੇਚਣਾ ਵੀ ਹੋਵੇ ਚਾਹੇ ਸਪਲੈਂਡਰ ਹੋਵੇ ਸਕੂਟਰ ਹੋਵੇ ਮੋਟਰਸਾਈਕਲ ਹੋਵੇ ਕੁਝ ਮਰਜ਼ੀ ਹੋਵੇ ਵਿੱਚ ਕੱਟਾਂਗੇ ਵੀ ਠੀਕ ਆ ਤੁਹਾਨੂੰ ਐ ਵੀ ਕੋਈ ਟੈਨਸ਼ਨ ਨਹੀਂ ਪਈ ਯਾਰ ਮੇਰੇ ਕੋਲ ਸਾਧਨ ਖੜਾ ਵੀ ਮੈਂ ਇਹਦਾ ਕੀ ਕਰਾਂ ਵੀ ਕੱਟਣਾ ਹੋਵੇ ਕਟਾ ਵਿੱਚ ਕੱਟ ਲਾਂਗੇ ਠੀਕ ਆ ਵੀਰੇ ਤੇ ਆ ਜਾਓ ਜੀ ਮਾੜਾ ਮੂਹਰ ਨੂੰ ਆ ਜਾਓ ਹੁਣ ਮੂਹਰ ਚੱਕਰੋ ਤੇ ਇਹਦਾ ਦੁਬਾਰੇ ਦੱਸ ਰਿਹਾ ਕਿ ਜਿਹੜਾ ਉੱਪਰ ਨੰਬਰ ਆ ਰਿਹਾਗਾ ਉਸ ਨੰਬਰ ਤੇ ਕਾਲ ਭਾਈਆਂ ਨੇ ਭਰਾਵਾਂ ਨੇ ਕਰ ਲੈਣੀ ਆ ਡਿਟੇਲ ਲੈਣੀ ਆ ਤੁਸੀਂ ਕਾਲ ਉਦੋਂ ਕਰਿਓ ਜਿਵੇਂ ਮੰਨ ਕੇ ਚੱਲੋ ਤੁਸੀਂ ਤੁਰਨਾ ਹੋਵੇ ਕੱਲ ਨੂੰ ਤਾਂ ਫੋਨ ਕਰ ਲਿਓ ਜਾਂ ਸਵੇਰੇ ਤੁਰਨ ਲੱਗੇ ਫੋਨ ਕਰ ਲਿਓ ਤੇ ਬਰਨਾਲਾ ਲੋਕੇਸ਼ਨ ਆਪਣੀ ਨੀਅਰ ਆਪਣੇ ਨੂਰ ਚੌਂਕ ਪੈਂਦਾਗਾ ਬਾਬਾ ਕਾਲਾ ਮਹਿਲ ਸਟੇਡੀਅਮ ਤੇ ਗੁਰਦੁਆਰਾ ਪੈਂਦਾਗਾ ਤੇ ਆਪਣੇ ਉੱਥੇ ਮਾਰਕੀਟ ਬਣੀ ਹੋਈ ਆ ਆਪਣੀ ਸ਼ੌਪ ਆ ਜਿਹੜੀ ਤੁਹਾਨੂੰ ਪ੍ਰੋਪਰ ਡਿਟੇਲ ਦੇ ਦਾਂਗੇ ਜੇ ਤੁਸੀਂ ਨੇੜੇ ਪਹੁੰਚ ਗਏ ਤੇ ਕਾਲ ਕਰਕੇ ਪਹਿਲਾਂ ਡਿਟੇਲ ਲੈ ਲਿਓ ਵੀਰੇ ਆਹ ਬੁਲਟ ਖੜਾ ਵੀ ਤੁਸੀਂ ਜਿਹੜਾ ਬੁਲਟ ਚਾਹੁੰਦੇ ਹੋ ਲੈਣਾ ਵੀ ਵੀਰੇ ਖੜਾਗਾ ਕਲਾਸਿਕ ਸਟੈਂਡਰਡ ਜ਼ਿਆਦਾਤਰ ਮੈਂ ਤੁਹਾਨੂੰ ਦੱਸ ਦੇਣਾ ਵੀਰੇ ਸੋਰੀ ਸਟੈਂਡਰਡ ਆਪਣੇ ਕੋਲ ਸਭ ਤੋਂ ਵੱਧ ਸਟੈਂਡਰਡ ਆ ਕਲਾਸਿਕ ਮੁਸ਼ਕਲ ਨਾਲ ਇੱਕ ਅੱਧਾ ਹੁੰਦਾ ਕੋਈ ਕਾਰਨ ਕੀ ਆ ਹੁਣ ਕਲਾਸਿਕ ਥੋੜ੍ਹਾ ਘਟਾ ਤਾ ਆਪਾਂ ਕਿਉਂਕਿ ਆਪਣਾ ਸਟੈਂਡਰਡ ਬਹੁਤ ਜ਼ਿਆਦਾ ਵਧੀਆ ਵਿਕ ਰਿਹਾਗਾ ਫਿਰ ਵੀ ਆਪਾਂ ਕਲਾਸਿਕ ਅਵੇਲੇਬਲ ਕਰਾ ਦਾਂਗੇ ਪਹਿਲਾਂ ਫੋਨ ਤੇ ਡਿਟੇਲ ਗੱਲ ਕਰ ਲਿਓ ਫਿਰ ਅਵੇਲੇਬਲ ਕਰਾ ਦਾਂਗੇ ਤੇ ਹੁਣ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਇੰਸਟਾਗ੍ਰਾਮ ਦੇ ਤੁਹਾਨੂੰ ਲਿੰਕ ਦਿੱਤੇ ਹੋਏ ਨੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜਾ ਕੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਦੱਬ ਕੇ ਉੱਥੇ ਵੀ ਦੇਖੋ ਨਾਲੇ ਸ਼ੇਅਰ ਕਰੋ ਐਵੇਂ ਭਰਾ ਪਿਆਰ ਬਣਾ ਕੇ ਰੱਖਿਓ ਆਪਾਂ ਹੋਰ ਬੁਲਟ ਲੈ ਕੇ ਆਵਾਂਗੇ ਤੁਹਾਡੇ ਲਈ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ।